हर प्रोग्राम हर बंदे वास्ते नहीं होंदा, लेकिन पंजाबी बैठक पंजाबियों वास्ते जरूर है। ਤੇ ਸਾਡੀ ਇਹ ਸਿਤਮ ਜ਼ਰੀਫੀ ਹੈ ਕਿ ਅਸੀਂ ਬਜ਼ੁਰਗਾਂ ਤੋਂ ਵੀ ਦੂਰ ਹੋ ਗਏ ਹਾਂ, ਜਿਵੇਂ ਮੈਂ ਪਹਿਲਾਂ ਜੁਮਲੇ ਤੁਹਾਡੇ ਸਾਹਮਣੇ ਕਹਿ ਦਿੱਤੇ ਨੇ, ਔਰ ਇਹ ਮੁਆਸ਼ਰਾ ਤਸਦੀਕ ਕਰਦਾ ਇਹਨਾਂ ਗੱਲਾਂ ਦੀ ਕਿ ਐਸਾ ਹੁੰਦਾ ਪਿਆ ਜੀ। ਔਰ ਅਸੀਂ ਬੇਰਾ ਰਵੀ ਦਾ ਸ਼ਿਕਾਰ ਹੋ ਗਏ ਹਾਂ ਆਪਣਿਆਂ ਬਜ਼ੁਰਗਾਂ ਤੋਂ ਦੂਰ ਹੋ ਕੇ। ਸਾਡਾ ਜਿਹੜਾ ਫੈਮਿਲੀ ਨਿਜ਼ਾਮ ਸੀ, ਸਾਨੂੰ ਉਸ ਫੈਮਿਲੀ ਨਿਜ਼ਾਮ ਦੇ ਅੰਦਰ ਰਹਿਣਾ ਚਾਹੀਦਾ ਸੀ, ਜਿਹਨੂੰ ਕਿ ਖਾਨਦਾਨੀ ਨਿਜ਼ਾਮ ਆਉਂਦੇ ਨੇ, ਕਿ ਘਰ ਦੇ ਵਿੱਚ ਇੱਕ ਬਜ਼ੁਰਗ ਹੁੰਦੇ ਹਨ, ਸਾਰਾ ਟੱਬਰ ਉਹਨਾਂ ਦੀ ਗੱਲ ਮੰਨਦਾ ਸੀ। ਉਹਨਾਂ ਕੋਲੋਂ ਮਸ਼ਵਰਾ ਲੈ ਕੇ, ਸਲਾਹ ਕਰਕੇ ਕੋਈ ਚੀਜ਼ ਵੇਚਣੀ ਹੈ ਜਾਂ ਕੋਈ ਚੀਜ਼ ਖਰੀਦਣੀ ਹੈ, ਤੇ ਉਹਨਾਂ ਦੇ ਮਸ਼ਵਰੇ ਨਾਲ ਕੰਮ ਚੱਲਦਾ ਸੀ। ਜਿਹੜਾ ਫੈਸਲਾ ਭਾਵੇਂ ਬੰਦਿਆਂ ਬੱਚਿਆਂ ਨੂੰ ਪਸੰਦ ਹੈ ਜਾਂ ਨਹੀਂ, ਲੇਕਿਨ ਜਿਹੜਾ ਫੈਸਲਾ ਬਜ਼ੁਰਗ ਨੇ ਕਰ ਛੱਡਿਆ, ਸਾਰਿਆਂ ਨੇ ਆਮੀਨ ਕਰ। ਬਿਲਕੁਲ ਹਾਂ। ਤੇ ਅੱਜ ਕੱਲ ਅੰਗਰੇਜ਼ ਰਾਈਟਰ ਨੇ ਜਿਹੜੇ, ਉਹ ਵੀ ਇਸ ਚੀਜ਼ ਉੱਤੇ ਇਤਫਾਕ ਰਾਏ ਕਰਦੇ ਨੇ ਵੀ ਜਿਹੜੇ ਕੋਈ ਅੰਗਰੇਜ਼ ਦਾਨਿਸ਼ਵਰ ਨੇ, ਉਹ ਇਹ ਗੱਲ ਪੇ ਆਉਂਦੇ ਨੇ ਕਿ ਯਾਰ ਉਹ ਫੈਮਿਲੀ ਸਿਸਟਮ ਸੀ ਜਿਹੜਾ, ਉਹ ਤਾਂ ਬੜਾ ਅੱਛਾ ਸੀ। ਯਾਨੀ ਇੱਕ ਦੂਜੇ ਦੀਆਂ ਤਕਲੀਫਾਂ ਸ਼ੇਅਰ ਹੁੰਦੀਆਂ ਹਨ, ਦੂਜਾ ਬੰਦਾ ਨਾਲ ਸਹਿਦਾਰ ਬਣਦਾ ਸੀ ਆ ਕੇ, ਉਹ ਕੋਈ ਮਸ਼ਵਰਾ ਦੇ ਕੇ ਤੂੰ ਐਸਾ ਕਹਿ ਦਿੰਦਾ ਸੀ ਕਿ ਬੇਟਾ ਐਸਾ ਨਹੀਂ, ਐਸਾ ਕਰ ਲਓ। ਲਿਹਾਜ਼ਾ ਸਾਡਾ ਹੱਕ ਬਣਦਾ ਹੈ ਕਿ ਅਸੀਂ ਅੱਜ ਵੀ ਪੰਜਾਬੀ ਵਾਲੇ ਮਾਹੌਲ ਨੂੰ ਅਮੀਜ਼ਤ ਦਈਏ ਅਤੇ ਐਸੇ ਪ੍ਰੋਗਰਾਮ ਕਰੀਏ, ਮੁਹੱਲੇ ਦੇ ਵਿੱਚ ਇਕੱਠਿਆਂ ਹੋ ਕੇ ਕਿਤੇ ਝੱਟ ਬਵੀਏ। ਅੱਜ ਕੱਲ੍ਹ ਹਰ ਬੰਦਾ ਵੀ ਨਹੀਂ ਤੌਰ 'ਤੇ ਰੁੱਝੇ ਆ, ਮਸਰੂਫ ਹੈ ਅਤੇ ਕੰਮ ਵੀ ਕੋਈ ਨਹੀਂ। ਸ਼ਬਰਾਤ ਗੁਜ਼ਰੀ ਹੈ ਪਿੱਛੇ, ਇੱਕ ਗੱਲ ਇੱਕ ਬੰਦੇ ਬੜੀ ਨੋਟ ਕਰਾਈ ਕਿ ਸੋਸ਼ਲ ਮੀਡੀਆ ਤੇ ਨਾ, ਵਟਸਐਪ ਤੇ, ਮੈਸੇਂਜਰ ਤੇ, ਫੇਸਬੁੱਕ ਤੇ ਹਰ ਬੰਦਾ ਆਪਾਂ ਮੈਸੇਜ ਕਰਦਾ ਹੈ, ਮੇਰੇ ਕੋਲ ਗਲਤੀ ਹੋ ਗਈ, ਮਾਫ਼ ਕਰ ਦੇ, ਉਹ ਗਲਤੀ ਮਾਫ਼ ਕਰ ਦੇ। ਤੋ ਗੱਲ ਬੜੀ ਸੋਹਣੀ ਉਸ ਬੰਦੇ ਕੀਤੀ, ਉਹਨੇ ਆਖਿਆ ਵੀ ਸਕੇ ਭਰਾ ਦਾ ਘਰ ਨਹੀਂ ਪਤਾ, ਆਪਣੇ ਗੁਆਂਢੀ ਦਾ ਨਹੀਂ ਪਤਾ, ਚਾਚੇ ਦਾ ਨਹੀਂ ਪਤਾ, ਤੇ ਉਂਝ ਜਿਹੜੀ ਉਹ ਲੱਖਾਂ ਦੁਨੀਆਂ ਤੁਸੀਂ ਮੈਸੇਜ ਕਰਦੇ ਹੋ ਪਏ ਬਈ ਮੈਨੂੰ ਮਾਫ਼ ਕਰ ਦੇ, ਮੈਨੂੰ ਮਾਫ਼ ਕਰ ਦੇ। ਸਭ ਤੋਂ ਪਹਿਲਾਂ ਹੱਕ ਬਣਦਾ ਆਪਣੇ ਜਿਹੜੇ ਕਰੀਬੀ ਨੇ, ਜਿਹਨਾਂ ਦੇ ਕੋਲ ਰਹਿੰਦੇ ਹੋ, ਉਹਨਾਂ ਨੂੰ ਵੇਖੋ ਜਾ ਕੇ, ਮਿਲੋ ਉਹਨਾਂ ਨੂੰ। ਅੱਛਾ ਡਾਕਟਰ ਸਾਹਿਬ ਬੈਠੇ ਨੇ, ਚਲੋ ਸਭ ਗਲਤੀ ਫਿਰ ਮਾਫ਼ੀ, ਯਾਨੀ ਤੌਬਾ ਦੇ ਹਵਾਲੇ ਨਾਲ, ਜਿਹੜੀ ਗਲਤੀ ਤੋਂ ਬਾਅਦ ਬੰਦਾ ਉਸ ਚੀਜ਼ ਨੂੰ ਤਸਲੀਮ ਕਰਦਾ, ਉਹਦੇ ਹਵਾਲੇ ਨਾਲ ਕੋਈ ਥੋੜ੍ਹੀ ਰੋਸ਼ਨੀ ਪਾਓ ਇਸ ਚੀਜ਼ 'ਤੇ। ਦੇਖੋ ਜੀ, ਤੌਬਾ ਦੇ ਹਵਾਲੇ ਨਾਲ ਮੈਂ ਤੁਹਾਨੂੰ ਅਗਾਹ ਕਰਾਂ ਦਾ ਦੱਸਾਂ ਦਾ ਤੁਹਾਨੂੰ ਕਿ ਤੌਬਾ ਹੈ ਨਾ ਜਿਹੜੀ, ਇਹ ਕਰਨੀ ਚਾਹੀਦੀ ਹੈ ਇਨਸਾਨ ਨੂੰ, ਬੰਦੇ ਨੂੰ ਤੌਬਾ ਕਰਦਿਆਂ ਰਹਿਣਾ ਚਾਹੀਦਾ, ਹਰ ਵੇਲੇ ਕਰਦਿਆਂ ਰਹਿਣਾ ਚਾਹੀਦਾ। ਅਤੇ ਤੌਬਾ ਦੇ ਬਾਅਦ ਵੀ ਕੋਈ ਬੰਦਾ ਮਾਸੂਮ ਨਹੀਂ ਬਣ ਜਾਂਦਾ, ਇਹ ਮਤਲਬ ਨਹੀਂ ਕਿ ਉਹ ਗੁਨਾਹ ਨਹੀਂ ਕਰਦਾ ਬਾਅਦ ਵਿੱਚ, ਤੌਬਾ ਦੇ ਬਾਅਦ ਵੀ ਗੁਨਾਹ ਸਰਦਰਦ ਹੋ ਜਾਂਦਾ ਹੈ। ਲੇਕਿਨ ਉਹਦਾ ਅਸਲ ਮਕਸਦ ਇਹ ਵੇ ਕਿ ਇਨਸਾਨ ਗੁਨਾਹ ਦੇ ਬਾਅਦ ਦੁਬਾਰਾ ਰਜੂ ਵੇ ਲੱਲਾ ਹੋਵੇ, ਦੁਬਾਰਾ ਅੱਲਾਹ ਦੀ ਤਰਫ ਰਜੂ ਕਰੇ, ਅਤੇ ਉਹ ਫਿਰ ਪਿਛਲੇ ਗੁਨਾਹ ਦੀ ਮਾਫ਼ੀ ਹੋ ਜਾਂਦੀ ਉਹਨੂੰ। ਜਿਹਦੇ ਵਿੱਚ ਮੈਂ ਮਿਸਾਲ ਦੇ ਤੌਰ 'ਤੇ ਇੱਕ ਵਾਕਿਆ ਤੁਹਾਡੇ ਸਾਹਮਣੇ ਇੱਕ ਹਕਾਇਤ ਬਿਆਨ ਕਰ ਦਿੰਦਾ ਵਾਂ, ਜਿਹੜੀ ਕਿ ਕਿਤੇ ਤਾਰੀਰੀ ਤਾਂ ਸ਼ਾਇਦ ਨਾ ਹੋਵੇ, ਲੇਕਿਨ ਮੈਂ ਜੂੰ ਕਿ ਤੁਹਾਨੂੰ ਇੱਕ ਉਹਦਾ ਨਤੀਜਾ ਦੇਣਾ ਚਾਹੁੰਦਾ ਵਾਂ। ਨਹੀਂ ਨਹੀਂ ਪੰਜਾਬੀ ਕਲਚਰ ਦੇ ਵਿੱਚ ਕਹਾਵਤਾਂ ਹੁੰਦੀਆਂ ਸਨ, ਹਕਾਇਤਾਂ ਜੀ, ਆਹ ਬਿਸ਼ਕ ਉਹ ਲਿਖੀਆਂ ਪੜ੍ਹੀਆਂ ਨਹੀਂ ਸਨ ਹੁੰਦੀਆਂ, ਲੇਕਿਨ ਉਹ ਨਸਲ ਦਾ ਨਸਲ, ਜ਼ਬਾਨੀ ਜ਼ਬਾਨੀ ਬੜੇ ਸਭ ਉਹ ਸੀਨਾ ਪੀਨਾ ਇਹਨਾਂ ਹੁੰਦਾ ਸੀ, ਉਹ ਚੱਲਦਾ ਹੁੰਦਾ ਸੀ। ਔਰ ਇਹਨਾਂ ਕਹਾਣੀਆਂ ਦੇ ਅੰਦਰ ਬੜੇ ਬੜੇ ਫਵਾਇਦ ਨੇ, ਜੈਸਾ ਕਿ ਸ਼ੇਖ ਸਾਦੀ ਸਾਹਿਬ ਰਹਿਮਤ ਉੱਲਾਹ ਅਲੈਹ ਨੇ, ਜਾਂ ਦੀਗਰ ਸਾਡੇ ਜਿਹੜੇ ਮਸ਼ਾਇਰੇ ਇਸਲਾਮ ਨੇ, ਉਹਨਾਂ ਨੇ ਵੀ ਹਕਾਇਤਾਂ ਬਿਆਨ ਕੀਤੀਆਂ ਨੇ। ਉਹਦੇ ਵਿੱਚ ਗੱਲ ਇਹ ਵੇ ਕਿ ਇੱਕ ਬੰਦਾ ਸੀ, ਜਿਹੜੀ ਕਿ ਹਕਾਇਤ ਇਹ ਵੇ ਕਿ ਬੰਦਾ ਸੀ ਇੱਕ, ਅਤੇ ਉਹਨੇ ਆਪਣੀ ਸਾਰੀ ਜ਼ਿੰਦਗੀ ਨਾ ਸਾਬਕਾ ਪਿਛਲੀ, ਯਾਨੀ 40 ਸਾਲ 50 ਸਾਲ ਜਿੰਨੀ ਵੀ ਆਇਆ ਸੀ, ਉਹ ਐਸਾ ਕਰਦਾ ਸੀ ਕਿ ਰਾਤ ਨੂੰ ਤੌਬਾ ਕਰਦਾ ਸੀ ਅਤੇ ਦਿਹਾੜੀ ਉੱਠ ਕੇ ਫਿਰ ਉਹਨਾਂ ਪੁੱਠਿਆਂ ਕੰਮਾਂ 'ਤੇ ਲੱਗ ਪੈਂਦਾ ਸੀ, ਯਾਨੀ ਜੁਰਮ ਹੀ ਕਰਦਾ ਸੀ, ਜਰਾਇਮ ਹੀ ਕਰਦਾ ਸੀ, ਉਹ ਪੱਠੇ ਚੋਰੀ ਵੱਢ ਲੈਂਦਾ ਸੀ, ਉਹ ਪੱਠੇ ਛੱਡੇ ਚੋਰੀ ਵੱਢ ਲੈਣੇ, ਜਾਂ ਕਿਸੇ ਦਾ ਹਾਂ ਤੱਕ ਝਾੜ ਲੈਣਾ, ਕਿਸੇ ਦਾ ਗੂੰਗੀ ਮੂੰਗੀਆਂ ਪੁੱਟ ਲਿਆਉਣੇ, ਯਾਨੀ ਪੁੱਠੇ ਕੰਮ ਹੀ ਕਰਦਾ ਸੀ। ਰਾਤ ਨੂੰ ਫਿਰ ਉਹ ਜਦੋਂ ਬਿਸਤਰੇ 'ਤੇ ਜਾ ਕੇ ਸੌਣ ਲੱਗਦਾ ਸੀ ਅਤੇ ਅੱਲਾਹ ਅੱਗੇ ਉਹਨੇ ਮਾਜ਼ਰਤ ਕਰਨੀ, ਮਾਲਕਾ ਇਹ ਵੀ ਗਲਤ ਹੋ ਗਿਆ, ਇਹ ਵੀ ਗਲਤ ਹੋ ਗਿਆ, ਇਹ ਵੀ ਗਲਤ ਹੋ ਗਿਆ, ਲਿਹਾਜ਼ਾ ਇਹਦਾ ਨਹੀਂ ਕਰਨ ਲੱਗਾ, ਮਾਫ਼ ਕਰ ਦੇ। ਉਹਨੇ ਰਾਤੀ ਬਿਸਤਰੇ 'ਤੇ ਪੈਣਾ, ਅੱਲਾਹ ਡਰ ਜਾਣਾ, ਅੱਲਾਹ ਤੋਂ ਡਰ ਜਾਣਾ, ਬਾਹਰ ਨਿਕਲ ਕੇ ਮੱਝ ਵੇਖਦੀ ਅਨਕਰੀਬ ਤੇ ਹੁਣ ਕੋਈ ਅੱਲਾ ਦੀ ਮਰਜ਼ੀ ਦੇ ਖਿਲਾਫ਼ ਕੰਮ ਨੀ ਕਰਨਾ, ਲੇਕਿਨ ਜੇ ਘਰ ਆ ਜਾਂਦੇ ਹਾਂ ਫਿਰ ਜਾਂਦੇ ਹਾਂ, ਹਕੀਕਤ ਹੈ ਸਾਡੀ। ਬਹਰਹਾਲ
ਉਹਦੀ ਜ਼ਿੰਦਗੀ ਇਸ ਤਰ੍ਹਾਂ ਇਸ ਰੂਟੀਨ 'ਚ ਗੁਜ਼ਰ ਗਈ ਵੀ ਦਿਹਾੜੀ 'ਚ ਉਹਨੇ ਕੋਈ ਪੁੱਠੇ ਸਿੱਧੇ ਕੰਮ ਕਰਦੇ ਰਹਿਣਾ ਸੀ, ਸ਼ਾਮੀ ਉਹਨੇ ਬਿਸਤਰੇ 'ਤੇ ਜਾਣਾ ਅਤੇ ਉਹਨੇ ਆਖਣਾ ਯਾਰ ਲਾ ਮਾਫ਼ ਕਰ ਦੇ। ਇੱਕ ਦਿਨ ਹੋਇਆ ਐਸਾ, ਮੈਂ ਸ਼ਾਰਟ ਕਰਾਂ ਗੱਲ ਨੂੰ, ਇੱਕ ਦਿਨ ਹੋਇਆ ਐਸਾ ਕਿ ਉਹ ਰਾਤੀ ਪਰੇਸ਼ਾਨ ਹੋ ਗਿਆ, ਉਹਨੇ ਆਖਿਆ ਮੈਂ ਕੀ ਰਵਸ਼ ਫੜੀ ਹੈ ਕਿ ਦਿਹਾੜੀ ਸਾਰੀ ਫੇਰ ਉਹ ਜੁਰਮ ਹੀ ਕਰਨਾ ਅਤੇ ਉਹ ਗੁਨਾਹ ਹੀ ਕਰਨਾ ਅਤੇ ਪਾਪੜ ਹੀ ਵੇਲਦਾ ਰਹਿੰਦਾ ਵਾਂ, ਅਤੇ ਰਾਤ ਨੂੰ ਆ ਕੇ ਮਾਫ਼ੀ ਮੰਗਣਾ ਵਾਂ, ਅਤੇ ਇਹ ਮੇਰਾ ਤਰਜ਼ ਅੱਛੀ ਨਹੀਂ, ਮੈਨੂੰ ਐਸਾ ਨਹੀਂ ਕਰਨਾ ਚਾਹੀਦਾ। ਇੱਥੇ ਆਉਂਦੇ ਨੇ ਕਿ ਜਦੋਂ ਅੱਲਾਹ ਦੀ ਕੁਦਰਤ ਸ਼ਾਮਲੇ ਹਾਲ ਹੋਵੇ, ਅੱਲਾਹ ਦੀ ਤਰਫੋਂ ਮਦਦ ਹੋਵੇ, ਕਿਉਂਕਿ ਵੋਹੀ ਹੋਤਾ ਜੋ ਮਨਜ਼ੂਰ ਖੁਦਾ ਹੋਤਾ ਹੈ। ਉਸ ਦਿਨ ਰਾਤੀ ਹੋਇਆ ਇਹਨੇ ਕਿ ਉਹ ਆਪਣੀ ਫਿਲਮ ਚਲਾ ਕੇ ਆਪਣੇ ਉਹ ਕਾਰਗੁਜ਼ਾਰੀਆਂ ਨੋਟ ਕਰਦਾ ਰਿਹਾ, ਲੇਕਿਨ ਇਹ ਲਫ਼ਜ਼ ਉਹਨੇ ਨਹੀਂ ਆਖੇ ਕਿ ਯਾ ਅੱਲਾਹ ਮੈਨੂੰ ਮਾਫ਼ ਕਰ ਦੇ। ਸ਼ਰਮ ਦੇ ਮਾਰੇ ਨਾ ਆਖੇ ਸੌ ਗਿਆ ਤੇ ਆਂਦਾ ਵੀ ਰਾਤ ਦੇ ਕਿਸੇ ਵਿੱਚ ਕੋਈ ਬਜ਼ੁਰਗ ਹਸਤੀ ਆਈਏ, ਯਾਨੀ ਨੁਮਾਇੰਦਾ ਇਲਾਈ ਕਹਿ ਲਓ ਉਹਨੂੰ, ਅਤੇ ਉਹਨਾਂ ਆ ਕੇ ਮੈਨੂੰ ਝੰਜੋੜ ਕੇ ਇਹ ਗੱਲ ਆਖੀ ਹੈ ਵੀ ਜਣਿਆ ਗੱਲ ਅੱਜ ਵੀ ਤੇਰੇ ਨਹੀਂ ਰਹੀ, ਅਗਰ ਅੱਜ ਵੀ ਮਾਫ਼ੀ ਤੂੰ ਮੰਗਦਾ ਤਾਂ ਲੱਭ ਜਾਂਦਾ, ਹਾਂ ਤੂੰ ਮਾਫ਼ੀ ਅੱਜ ਵੀ ਮੰਗ ਦੂ ਨਾ ਅਤੇ ਮੈਂ ਤੇਰਿਆਂ ਪਿਛਲਿਆਂ 'ਤੇ ਮਾਫ਼ੀ ਦਾ ਕਲਮ ਫਿਰ ਛੱਡਣਾ ਸੀ। ਇਹ ਮਕਸਦ ਅਸਲ 'ਚ ਇਹ ਕਿ ਤੋਬਾ ਇਨਸਾਨ ਨੂੰ ਕਰਨੀ ਚਾਹੀਦੀ ਹੈ। ਉਹ ਸਵੇਰੇ ਉੱਠ ਕੇ ਤੇ ਉਹਦੀ ਉਹ ਆਪਣੀ ਜ਼ਿੰਦਗੀ ਉਹਨੇ ਤਬਦੀਲ ਕਰ ਲਈ ਕਿ ਯਾਰ ਅੱਲਾਹ ਐਡਾ ਰਹਿਮਾਨ ਅਤੇ ਰਹੀਮ ਹੈ, ਐਡਾ ਕਰੀਮ ਹੈ ਕਿ ਮੈਂ ਰੋਜ਼ ਹੀ ਗੁਨਾਹ ਕਰਕੇ ਅਤੇ ਸ਼ਾਮੀ ਮਾਫ਼ੀ ਮੰਗਣਾ ਉਹ ਮਾਫ਼ ਕਰ ਦਿੰਦਾ। ਵੈਸੇ ਅੱਲਾਹ ਨੇ ਇਹ ਗੱਲ ਆਖ ਵੀ ਛੱਡੀ ਹੈ ਕਿ ਤੁਸੀਂ ਜਿਹੜੇ ਵੇਲੇ ਆਵੋ ਮੇਰਾ ਬੂਹਾ ਉਸੇ ਵੇਲੇ ਖੁੱਲ੍ਹੇ ਆ, ਅਤੇ ਕਿਉਂਕਿ ਮੈਂ ਅਸਲ 'ਚ ਪੰਜਾਬੀ ਦੇ ਹਵਾਲੇ ਨਾਲ ਪਿਆ ਬੋਲਣਾ ਅਤੇ ਮੇਰਾ ਹੱਕ ਬਣਦਾ ਜਿਹੜੇ ਕੋਈ ਪੰਜਾਬੀ ਦੇ ਸਾਡੇ ਬਜ਼ੁਰਗ ਹਸਤੀਆਂ ਗੁਜ਼ਰੀਆਂ ਨੇ ਉਹਨਾਂ ਦੇ ਵੀ ਵਿੱਚ ਹਵਾਲਾ ਪੇਸ਼ ਕੀਤਾ ਜਾਏ। ਪੰਜਾਬੀ ਦੇ ਵਿੱਚ ਬੜਾ ਅੱਛਾ ਕਲਾਮ ਪੇਸ਼ ਕੀਤਾ ਬਜ਼ੁਰਗਾਂ ਨੇ ਬਾਅਦ ਨਸੀਹਤ ਉੱਤੇ, ਜੈਸਾ ਕਿ ਸਾਡੇ ਮੀਆਂ ਮੁਹੰਮਦ ਬਾਈ ਸਾਹਿਬ ਨੇ ਖੜੀ ਸ਼ਰੀਫ ਵਾਲੇ, ਉਹਨਾਂ ਨੇ ਬੜਾ ਅੱਛਾ ਕਲਾਮ ਪੇਸ਼ ਕੀਤਾ, ਇਹਦੇ 'ਚ ਬੜੀ ਮਾਰਫਤ ਹੈ, ਬੜੀ ਇਹਦੇ ਵਿੱਚ ਫਵਾਇਦ ਨੇ, ਇਹਦੇ 'ਚੋਂ ਬੜੀ ਬੰਦਾ ਨਸੀਹਤ ਹਾਸਿਲ ਕਰ ਸਕਦਾ। ਉਹ ਖੜੀ ਸ਼ਰੀਫ ਵਾਲੀ ਸਰਕਾਰ ਪਿਆ ਫਰਮਾਉਂਦੇ ਨੇ ਵੀ ਮੱਠੀ ਚਾਲ ਨਾ ਛੱਡੀ, ਕੁਝ ਨਾ ਕੁਝ ਬਣ ਜਾ ਸੀ, ਮੱਠੀ ਚਾਲ ਨਾ ਛੱਡੀ ਕੁਝ ਨਾ ਕੁਝ ਬਣ ਜਾ ਸੀ, ਆਖਰ ਇੱਕ ਦਿਨ ਨਫਸ ਕਮੀਨਾ ਮੈਦਾਨੂ ਨੱਸ ਜਾ ਸੀ। ਇਸ ਵਾਸਤੇ ਸਾਨੂੰ ਰਜੂਏ ਲੱਲਾ ਰਹਿਣਾ ਚਾਹੀਦਾ, ਸਾਨੂੰ ਤੋਬਾ ਵਾਲੇ ਪਾਸੇ ਜਾਣਾ ਚਾਹੀਦਾ, ਤੋਬਾ ਟੁੱਟ ਜੇ ਤਾਂ ਫਿਰ ਕਰ ਲਓ, ਲੇਕਿਨ ਇਹਦਾ ਮਤਲਬ ਇਹ ਨਹੀਂ ਤੋਬਾ ਨੂੰ ਖੱਚ ਖੇਡ ਨਹੀਂ ਬਣਾ ਛੱਡਣਾ ਚਾਹੀਦਾ, ਯਾਨੀ ਇਰਾਦਾ ਤਾਂ ਐਸਾ ਨਹੀਂ ਹੋਣਾ ਚਾਹੀਦਾ ਕਿ ਇਰਾਦਾ ਹੀ ਇਹ ਕਰ ਲਓ ਕਿ ਰਾਤੀ ਤੋਬਾ ਕਰ ਲਈ ਤੇ ਵੱਡੇ ਉੱਠ ਕੇ ਫਿਰ ਉਹ ਸ਼ੁਰੂ ਕਰ ਦਿਆ, ਲਾ ਮੁਹੱਲਾ ਇਨਸਾਨ ਗੁਨਾਹ ਦਾ ਪੁਤਲਾ ਹੈ, ਇਹਦੇ ਕੋਲ ਗਲਤੀਆਂ ਹੋ ਜਾਂਦੀਆਂ। ਹਾਂ ਤੇ ਉਹ ਖੜੀ ਸ਼ਰੀਫ ਵਾਲੀ ਸਰਕਾਰ ਇਹੀ ਤਾਂ ਦੱਸਦੇ ਹਨ ਨਾ ਕਿ ਬੰਦੇ ਨੂੰ ਕੋਸ਼ਿਸ਼ ਕਰਦਿਆਂ ਰਹਿਣਾ ਚਾਹੀਦਾ, ਬੰਦੇ ਨੂੰ ਅੱਗੇ ਵੱਧਦਿਆਂ ਰਹਿਣਾ ਚਾਹੀਦਾ, ਤੁਰਦਿਆਂ ਰਹਿਣਾ ਚਾਹੀਦਾ ਅਛਾਈ ਦੀ ਤਰਫ, ਤੁਰਦਿਆਂ ਤੁਰਦਿਆਂ ਕੀ ਹੋ ਗਿਆ ਇਹ ਦੁਸ਼ਮਣ ਨਫਸ ਜਿਹੜਾ ਤੁਹਾਡਾ, ਇਹ ਦੁਸ਼ਮਣ ਇੱਕ ਦਿਨ ਸ਼ਿਕਸਤ ਖਾ ਜਾਏਗਾ, ਤੁਸੀਂ ਕਾਮਯਾਬ ਹੋ ਜਾਓਗੇ, ਅਤੇ ਇਸ ਵਾਸਤੇ ਬੰਦੇ ਨੂੰ ਕੋਸ਼ਿਸ਼ ਕਰਦਿਆਂ ਰਹਿਣਾ ਚਾਹੀਦਾ, ਅੱਛੀ ਗੁਫ਼ਤਗੂ ਕਰਨੀ ਚਾਹੀਦੀ ਹੈ, ਬਜ਼ੁਰਗਾਂ ਕੋਲ ਬਹਿੰਦਿਆਂ ਰਹਿਣਾ ਚਾਹੀਦਾ, ਬਜ਼ੁਰਗਾਂ ਦੀਆਂ ਗੱਲਾਂ ਨਾ ਜਿਹੜੀਆਂ ਇਹਦੇ ਵਿੱਚ ਬੜੇ ਫਾਇਦੇ ਹਾਸਲ ਹੁੰਦੇ ਨੇ। ਅਸਾਂ ਲੋਕਾਂ ਨੇ ਕਿਉਂਕਿ ਅਸੀਂ ਤਾਂ ਬਣ ਗਏ ਦੋਗਲਾਪਣ ਦਾ ਸ਼ਿਕਾਰ ਹੋ ਗਿਆ ਨਾ, ਅਸੀਂ ਜਿਹਨੂੰ ਆਉਂਦੇ ਹੋ ਵੀ ਤੁਸੀਂ ਆਧਾ ਤਿੱਤਰ ਅਤੇ ਆਧਾ ਬਟੇਰ, ਅਸੀਂ ਨਾ ਤਾਂ ਜਦੀਦ ਦੌਰ 'ਚ ਫਿੱਟ ਹੋਏ ਹਾਂ ਅਤੇ ਨਾ ਅਸੀਂ ਪੁਰਾਣਿਆਂ ਨੂੰ ਵੀ ਭੁੱਲ ਗਏ ਹਾਂ, ਯਾਨੀ ਸਾਡੇ ਕੋਲ ਪੁਰਾਣਾ ਵੀ ਕੋਈ ਨਹੀਂ ਹੋ ਜਿਹਨੂੰ ਆਉਂਦੇ ਹੋ ਵੀ ਚਲੋ ਹਾਂ ਉਹ ਕਵਾ ਚਲਾ ਹੰਸਕੀ ਚਾਲ ਆਪਣੀ ਵੀ ਭੁੱਲ ਗਿਆ। ਅਸੀਂ ਅਸਲ 'ਚ ਜਿਹੜੀ ਆ ਬੜੇ ਸਗੀਰ ਪਾਕ ਹੋ ਜਾਂਦੇ ਲੋਕ ਆ ਨਾ, ਅਸੀਂ ਨਕਾਲੀ ਦੇ ਬੜੇ ਮਾਹਿਰ ਹਾਂ, ਯਾਨੀ ਨਕਲ ਕਰਨੀ ਕਿਸੇ ਦੂਜੇ ਦੀ ਤਰ੍ਹਾਂ ਅਪਣਾਉਣੀ, ਅਸੀਂ ਦੂਜੇ ਦੀ ਤਰ੍ਹਾਂ ਅਪਣਾ ਨਹੀਂ ਸਕਦੇ, ਆਪਣੀ ਵੀ ਭੁੱਲ ਜਾਂਦੇ। ਆਖਰੀ ਗੱਲ ਨਕਲ ਤੋਂ ਮੈਨੂੰ ਯਾਦ ਆ ਗਿਆ ਕਿ ਨਕਲ ਅਸੀਂ ਕਹਿੰਦੀ ਕਰਨੇ ਆ ਉਹਨਾਂ ਦੇ ਕਲਚਰ ਤੋਂ, ਕਹਿੰਦੇ ਅਸੀਂ ਮਰੂਬ ਹੋਏ ਹਾਂ ਕਿ ਪਿੰਡਾਂ ਵਿੱਚ ਬੰਦਿਆਂ ਨੇ ਡੰਗਰ ਰੱਖੇ ਹੁੰਦੇ ਨੇ ਅਲਾਹ ਜਾਨਵਰ, ਮੱਝ ਹੋ ਗਿਆ, ਗਾਂ ਹੋ ਗਈ, ਖੋਤਾ ਨਾ ਹੋ ਗਈ, ਜਾਨਵਰ ਰੱਖੇ ਹੁੰਦੇ ਨੇ, ਬੱਕਰੀ ਹੋ ਗਿਆ, ਮੱਝ ਗਾਂ ਬੱਕਰੀ ਭੇਡ, ਤੇ ਸ਼ਹਿਰਾਂ ਦੇ ਬੰਦੇ ਨੂੰ ਆਉਂਦੇ ਨੇ
वो देखो पेंडू जा रहा है जी, इसने बकरियां रखी हुई है, ये आजड़ी है, ये आजड़ी है। उल्ट जमाना की हो गया, जिन्ना लाल जानवर रखे होंगे ने वो हो गया पेंडू, दशहरा की करते ने ये मेरा डॉगी बहुत प्यारा है, ये मेरा डॉगी बहुत प्यारा है, मैं शहरी हूँ। जो राम जानवर रखते ने कुत्ता रख लिया, बिल्लियां रख लिया, पेंडू होना कोई जुर्म नहीं, पिंड की बड़ी अच्छी जिंदगी है। तो मैं गल कर लगा सी गल फिर सुन लग पाया कि जरा माहौल जा रहा ना हमने जो दौर जा रहा महफल के बैठे सूँ गल हो रही थी, तो काफ़ी सीनियर लोग तशरीफ फरमा सन उत्तर, तो गल हुई कि जो पहले दौर से ना अज तो कुछ साल पहले 20-30-40 साल पहले, वो मैं उन्होंने महत्व हो के गल की कि वो दौर अच्छा सी जी जी, उन्हें आख्या भी पुत्र दौर है ही अच्छा है, उस दौर के बंदे अच्छे सा, अज तुहाड़े को सहूलियात बहुत सारिया ने, उस वेले जिहड़े वे बंदे चंगे सन उस वे शायद कोई नहीं सी, वे ना टुकर खाण वास्ते सी ना कपड़े पाउण वास्ते लभदे सन, हुण साडे कोल हर चीज़ इत्थे मौजूद है, उदों कोई बीमारी लग जांदी सी ते अल्लाह माफ़ी दे के वो बंदा ही जांदा सी, बीमारी नहीं सी जांदी, हुण अलहमदुलिल्लाह बेहतरीन माहौल है, जिहड़ा जदीद दौर जा रहा है, सोहणे निज़ाम चल रहे ने सारिया बंदिआं दे, कोई भी बंदा रात नूं भुखा नहीं सौंदा जी, अपना निज़ाम घर दा जिहड़ा वो औखिया सौखिया हो गया वो चला लेंद, मसाइल इतने गलत की जात ने कुछ बब बना दिते ने इस माहौल के, और वो लोग ऐसे सन कहते हैं कि सारा सारा दिन मजदूरी करनी जाके थां बाने ते वाई बन्ने करने जिस तरह जट लोग करते सन जी जी, तो लभत भी कोई नहीं सी होंगी, दिल च किला कणके का बी बीजे तो दो बोरिया दाने हुए हैं, वो साल भी कढ़ना है, आप भी खाने ने बाल बच्चों भी खुवाने ने, गवाया गया भी भगताना है जी जी, वो गल हों भी उस वे ज्यादा ना अक्सरीयत इसका निजाम से कि चंद जो सौखे घर सन उन्होंने घर कणक की रोटी लगती है, तो ज्यादा बाजरे की रोटी जी है ना गल हो रही थी कि बाजरे की रोटी इन्नी सख्त होती थी अगर वो भन के किसी कुत्ते मारी है ना तो वह महीना वेड़े नहीं वड़ता चंगे माहौल है, लेकिन उस मालिक के निजाम ने उस मालिक ने टाइम साढ़े से लिया है, सामने लिखना से टाइम साढ़े बजुर्ग जो एडे मुश्किल वक्त गुजार के टुर गए हैं, तो बाकी माशाल्लाह बहुत अच्छी जगह पे महफल है, बहुत अच्छा प्रोग्राम, वक्त वाहवा हो गया, तो बंदे परेशान ना हो जाने भी गल्ला हर मुकदी नहीं, इंशाल्लाह फिर किसी प्रोग्राम मिले जरूर, चौधरी अख्तर साहब इंशाल्लाह दानिशवर ने मौजूद होने गल सुना, तो इजाजत लैन तो पहले गल तुम सुना दें कि इन्हें आख्या भी ठीक है वक्त बदल गया वो सहूलत भी आ गई ने, लेकिन एक बड़ी पते की गल है कि जो मकान कच्चे होंगे सन उ रिश्ते पक्के रिश्ते पक्के होंगे सन, जो मकान पक्के हो गए रिश्ते कच्चे हो गए रिश्ते प्रोग्राम इजाजत दौ फिर शायद मिले, हर प्रोग्राम हर बंद वास्ते नहीं होंगे लेकिन पंजाबी बैठक पंजाबियों वास्ते जरूर है, इजाजत दौ खुदा हाफिज़।